ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮਹਿਕਮੇ ਵਿੱਚ 64 ਕਰੋੜ ਦੇ ਘਪਲੇ ਤੋਂ ਬਾਅਦ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਪੰਜਾਬ ਵਿਧਾਨ ਸਭਾ ਦੇ ਇੱਕ ਦਿਨ ਦੇ ਇਜਲਾਸ ਦੇ ਵਿੱਚ ਪਹੁੰਚੇ ਨੇ ਜਿੱਥੇ ਪਹੁੰਚ ਕੇ ਸਿਮਰਜੀਤ ਬੈਂਸ ਕਾਫੀ ਗਰਮ ਹੁੰਦੇ ਦਿਖਾਈ ਦਿੱਤੇ ਨੇ। ਬੈਂਸ ਦਾ ਕਹਿਣਾ ਕਿ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕਿਸ ਤਰ੍ਹਾਂ ਸਿਮਰਜੀਤ ਬੈਂਸ ਨੇ ਵਿਧਾਨ ਸਭਾ ਦੇ ਬਾਹਰ ਗਰਜਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਸਾਧੂ ਸਿੰਘ ਧਰਮਸੋਤ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ, ਤੁਸੀਂ ਖੁਦ ਹੀ ਦੇਖ ਲਓ। 4/2013 ਵਿੱਤ ਵਿਭਾਗ ਦੀ ਹਦਾਇਤ ਹੈਗੀ ਹੈ ਕਿ DBT ਦੇ ਜ਼ਰੀਏ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਜ਼ਰੀਏ ਕਿਸੇ ਬੈਂਕ ਨੂੰ ਪੈਸੇ ਨਹੀਂ। ਪਹਿਲੀ ਇਰੈਗੂਲਰਿਟੀ, 248 ਕਰੋੜ ਰੁਪਈਆ ICI ਅਤੇ ਹੋਰ ਬੈਂਕਾਂ ਨੂੰ ਟ੍ਰਾਂਸਫਰ ਕੀਤਾ ਗਿਆ, ਉਹਦੇ ਵਿੱਚੋਂ 10 ਇੰਸਟੀਟਿਊਟ ਮਤਲਬ ਕਿ 10 ਕਾਲਜ ਅਤੇ ਯੂਨੀਵਰਸਿਟੀ ਜਿਨ੍ਹਾਂ ਦੀ ਰਕਮ 8,53,00,000 ਰੁਪਈਆ ਲੈਣੀ ਬਣਦੀ ਹੈ ਸਰਕਾਰ ਦੀ, ਪਹਿਲਾਂ ਬਕਾਇਆ ਲੈਣਾ ਉਹਨਾਂ ਕੋਲੋਂ। ਉਲਟਾ ਉਹਨਾਂ ਨੂੰ 16,97,00,000 ਰੁਪਈਆ ਹੋਰ ਪਾਇਆ ਜਾਂਦਾ। ਜਦੋਂ ਇਹ ਸਾਰੇ ਗੱਲ ਦੀ ਜਿਹੜੇ ਅਡੀਸ਼ਨਲ ਚੀਫ ਸੈਕਟਰੀ ਹੈਗੇ ਆ ਸ਼੍ਰੀ ਕਿਰਪਾ ਸ਼ੰਕਰ ਸਰੋਜ, ਮੈਂ ਧੰਨਵਾਦ ਕਰਦਾ ਹਾਂ ਅਤੇ ਇਮਾਨਦਾਰ ਅਫੀਸਰ ਦਾ, ਉਹ ਚੀਫ ਸੈਕਟਰੀ ਨੂੰ ਰਿਪੋਰਟ ਕਰਦੇ ਆ। ਅਤੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ 19 ਦਸੰਬਰ 2019 ਨੂੰ ਤੁਰੰਤ ਇੱਕ ਮੀਟਿੰਗ ਕਾਲ ਕਰਦੇ ਆ। ਉਸ ਮੀਟਿੰਗ ਦੇ ਵਿੱਚ ਪਰਮਿੰਦਰ ਗਿੱਲ ਡਿਪਟੀ ਡਾਇਰੈਕਟਰ ਦੇ ਸਸਪੈਂਸ਼ਨ ਦੇ ਆਰਡਰ ਕਰਦੇ ਆ 19 ਤਰੀਕ ਨੂੰ, ਅਤੇ 20 ਤਰੀਕ ਨੂੰ ਮੰਤਰੀ ਧਰਮਸੋਤ ਉਹ ਸਸਪੈਂਸ਼ਨ ਆਰਡਰ ਜਿਹੜੇ ਚੀਫ ਸੈਕਟਰੀ ਕਰਨ ਅਵਤਾਰ ਕਰਦੇ ਆ ਉਹ ਫਾਈਲ ਆਪਣੇ ਕੋਲ ਰੱਖ ਲੈਂਦੇ, ਕਹਿੰਦੇ ਨਹੀਂ ਇਹ ਪਰਮਿੰਦਰ ਗਿੱਲ ਜਿਹੜਾ ਸਸਪੈਂਡ ਨਹੀਂ ਹੋਏਗਾ। ਅਤੇ ਇਹ ਬਹੁਤ ਵੱਡਾ ਗਬਨ ਔਨ ਰਿਕਾਰਡ ਜਿਹੜਾ ਦਲਿਤ ਵਿਦਿਆਰਥੀਆਂ ਦੇ ਨਾਲ, ਜਿਨ੍ਹਾਂ ਨੂੰ ਕਾਲਜ ਅਤੇ ਯੂਨੀਵਰਸਿਟੀਆਂ ਦੇ ਅੰਦਰ ਜਲੀਲ ਕਰ ਕਰਕੇ ਕਾਲਜ ਪ੍ਰਬੰਧਕ ਕਾਲਜ ਪ੍ਰਿੰਸੀਪਲ ਯੂਨੀਵਰਸਿਟੀਆਂ ਦੇ ਵੀ ਸੀ ਜਲੀਲ ਕਰਕੇ ਬਾਹਰ ਕੱਢਦੇ ਵੀ ਤੁਹਾਡੀ ਫੀਸ ਨਹੀਂ ਆਈ, ਅਤੇ ਮੰਤਰੀ ਧਰਮਸੋਤ ਅਸੀਂ ਕਹਿੰਦੇ ਇਹਨੂੰ ਤੁਰੰਤ ਸਸਪੈਂਡ ਕਰੋ, ਡਿਸਮਿਸ ਕਰੋ, ਇਹਨੂੰ ਕੱਢੋ ਵਜ਼ਾਰਤ ਦੇ ਵਿੱਚੋਂ, ਅਤੇ CBI ਦੀ ਜਾਂਚ ਕਰਕੇ ਜਿਹੜੇ ਦੋਸ਼ੀ ਅਫਸਰ ਅਤੇ ਰਾਜਨੀਤਿਕ ਲੋਕ ਹੈਗੇ ਆ ਇਹਨਾਂ ਵਿਰੁੱਧ ਚਾਰਜ ਕਰਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਖੜਾ ਕਰਕੇ ਜਿਹੜੇ ਦਲਿਤ ਵਿਦਿਆਰਥੀਆਂ ਦਾ ਹੱਕ ਅਤੇ ਹਕੂਕ ਖਾਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਲੋਕ ਇਨਸਾਫ ਪਾਰਟੀ ਮੰਗ ਕਰਦੀ ਹੈ। ਸਾਹਿਬ ਤੁਸੀਂ ਵਿਧਾਨ ਸਭਾ ਦੇ ਅੰਦਰ ਜਾਓਗੇ? ਹਾਂ ਬਿਲਕੁਲ, ਅਸੀਂ ਕਰੋਨਾ ਨੈਗੇਟਿਵ ਹੈਗੇ ਹਾਂ। ਤੁਹਾਡੀ ਰਿਪੋਰਟ ਤੁਸੀਂ ਕਰਵਾਈ ਆ? ਅੱਜ ਬਿਲਕੁਲ ਕਰਵਾਈ ਆ, ਅਸੀਂ ਅੰਦਰ ਵੀ ਜਾਵਾਂਗੇ, ਮੁੱਖ ਮੰਤਰੀ ਸਾਹਿਬ ਨੂੰ ਪੁੱਛਾਂਗੇ ਵੀ ਮੁੱਖ ਮੰਤਰੀ ਸਾਹਿਬ ਤੁਹਾਡੇ ਮਹਿਕਮਿਆਂ ਦੇ ਵਿੱਚ ਘਪਲੇਬਾਜ਼ੀ ਅਤੇ ਸਕੈਮ, ਖੇਤੀਬਾੜੀ ਮਹਿਕਮਾ ਕਿਹਦੇ ਕੋਲ? ਕੈਪਟਨ ਅਮਰਿੰਦਰ ਸਿੰਘ ਕੋਲ ਜਿਪਸਮ ਅਤੇ ਬੀਜ ਕੱਪੜਾ। ਨੰਬਰ ਦੂਸਰਾ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਐਕਸਾਈਜ਼ ਮਹਿਕਮਾ, 1,600 ਕਰੋੜ ਰੁਪਈਏ ਦਾ ਗਬਨ ਅਤੇ 200 ਮੌਤਾਂ। ਤੀਜਾ ਲਾਅ ਐਂਡ ਆਰਡਰ ਕੈਪਟਨ ਅਮਰਿੰਦਰ ਸਿੰਘ ਦੇ ਕੋਲ, ਚੱਪੇ ਚੱਪੇ ਦੇ ਉੱਤੇ ਰੇਤਾ ਦੇ ਬਜਰੀ ਚੋਰੀ ਹੁੰਦਾ ਹੋਵੇ। ਤੁਹਾਡੇ ਮਹਿਕਮਿਆਂ ਦੇ ਵਿੱਚ ਘਪਲੇ ਸੀ, ਉਦੋਂ ਬਾਅਦ ਦੇ ਵਿੱਚ ਆਹ ਦੇਖੋ, ਜਿੱਥੇ ਪਰਿਵਾਰ ਦੇ ਵਿੱਚ ਬਾਪ ਬੇਈਮਾਨ ਹੋਵੇ ਉੱਥੇ ਪੁੱਤ ਕਦੇ ਇਮਾਨਦਾਰ ਨਹੀਂ ਹੁੰਦੇ। ਸੋ ਇਸ ਕਰਕੇ ਅਸੀਂ ਨੈਗੇਟਿਵ ਹਾਂ, ਅੰਦਰ ਜਾ ਕੇ ਸਰਕਾਰ ਨੂੰ ਪੁੱਛਾਂਗੇ ਸਾਰੀਆਂ ਗੱਲਾਂ, ਔਰ ਸਰਕਾਰ ਨੂੰ ਕਹਾਂਗੇ ਬਰਖਾਸਤ ਕਰੋ ਇਸ ਮੰਤਰੀ ਨੂੰ ਜਿਹਨੇ ਦਲਿਤ ਵਿਦਿਆਰਥੀਆਂ ਦੇ ਹੱਕ ਅਤੇ ਹਕੂਕ ਖਾਧੇ। ਬੈਂਸ ਸਾਹਿਬ ਪਹਿਲਾਂ ਵੀ ਤੁਹਾਨੂੰ ਲੈ ਕੇ ਕਈ ਸਰਕਾਰ ਦੇ ਨੁਮਾਇੰਦਿਆਂ ਨੇ ਸਵਾਲ ਚੁੱਕੇ ਸੀ, ਕਹਿੰਦੇ ਸੀ ਤੁਸੀਂ ਪਹਿਲਾਂ ਟੈਸਟ ਕਰਾਉਣ ਤੋਂ ਵੀ ਇਨਕਾਰ ਕਰਦੇ ਸੀ। ਕਦੇ ਵੀ ਨਹੀਂ, ਮਾਸਕ ਨਹੀਂ ਪਾਇਆ। ਮੈਂ ਕਦੇ ਮਾਸਕ ਦੀ ਲੋੜ ਹੀ ਨਹੀਂ, ਬੈਂਸ ਨੈਗੇਟਿਵ ਆ, ਤੁਸੀਂ ਪੜ੍ਹ ਲਓ ਅੱਧੇ ਡਾਕਟਰਾਂ ਦੀਆਂ ਰਿਪੋਰਟਾਂ, ਕਹਿੰਦੇ ਮਾਸਕ ਨਾ ਲਓ ਮਰ ਜਾਓਗੇ ਮਾਸਕ ਲੈ ਕੇ। ਇਹ ਗਲਤ ਹੈਗਾ, ਮੁੱਖ ਮੰਤਰੀ ਸਾਹਿਬ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਮਾਸਕ 'ਤੇ ਲਿਆ ਕੇ ਤੋੜਾ ਝਾੜ ਦਿੰਦੇ ਆ। ਜਿੱਦਣ ਆਪ ਸਮਾਰਟਫੋਨ ਬਣਦੇ ਉਦੋਂ ਜਵਾਬ ਵੀ ਬਿਨਾਂ ਮਾਸਕ ਤੋਂ ਅਤੇ ਮੁੱਖ ਮੰਤਰੀ ਸਾਹਿਬ ਵੀ ਬਿਨਾਂ ਮਾਸਕ ਤੋਂ। ਸੋ ਇਸ ਕਰਕੇ ਸਾਨੂੰ ਆਪਣੀ ਅਤੇ ਲੋਕਾਂ ਦੀ ਸਿਹਤ ਦੀ ਚਿੰਤਾ ਹੈਗੀ ਆ। ਸਰਕਾਰ ਕਰੋਨਾ ਦੇ ਜ਼ਰੀਏ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ ਜਿਹੜੀ ਟਕਵੰਜ ਕਰ ਰਹੀ ਹੈ ਉਹਦਾ ਪਰਦਾ ਫਾਸ਼ ਕਰਾਂਗੇ। ਵਿਧਾਨ ਸਭਾ ਚੱਲੇ ਹਾਂ, ਧਰਮਸੋਤ ਮੰਤਰੀ ਬਰਖਾਸਤ ਕਰੋ।